ਸਾਰਿਆਂ ਦੋਸਤਾਂ ਭਰਾਵਾਂ ਨੂੰ, ਬਜ਼ੁਰਗਾਂ ਨੂੰ, ਬੱਚਿਆਂ ਨੂੰ, ਮਾਵਾਂ ਭੈਣਾਂ ਨੂੰ ਅਸਲਾਮ ਅਲੈਕਮ। ਅੱਜ ਜਿਹੜੀ ਵੀਡੀਓ ਲੈ ਕੇ ਆਇਆ ਉਹਨਾਂ ਦੋਸਤਾਂ ਭਰਾਵਾਂ ਵਾਸਤੇ ਜਿਹੜੇ ਆਖਦੇ ਨੇ ਯਾਰ ਲੰਮਾ ਪਲਾਟ ਹੋਵੇ ਅਤੇ ਖਾਸ ਨਕਸ਼ਾ ਨਹੀਂ ਸਹੀ ਬਣਦਾ, ਵੰਡ ਨਹੀਂ ਸਹੀ ਲੱਗਦੀ, ਅੱਜ ਉਹਨਾਂ ਵਾਸਤੇ ਵੀਡੀਓ ਲੈ ਕੇ ਆਇਆ। ਅਤੇ ਵੀਡੀਓ ਹੈ 7 ਵੀ ਮਰਲੇ ਲੇਕਿਨ ਹੈ ਲੰਮੀ, 27 ਮਰਲੇ ਫਰੰਟ ਏ ਅਤੇ 27 ਫੁੱਟ ਫਰੰਟ ਏ ਅਤੇ 70 ਫੁੱਟ ਲੰਮੀ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਅੱਗੇ ਗੁਜ਼ਾਰਿਸ਼ ਹੈ ਕਿ ਜਿਨ੍ਹਾਂ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਵੀ ਕਲਿੱਕ ਕਰਿਆ ਕਰੋ। ਵੀਡੀਓ ਅੱਲਾ ਕੀਤਾ ਤਾਂ ਸ਼ੁਰੂ ਕਰਨੇ ਹਾਂ। ਫਰੰਟ ਆ ਗਿਆ ਸਾਡੇ ਕੋਲ 27 ਫੁੱਟ। ਅਤੇ ਉਹਨਾਂ ਬੰਦਿਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਆਉਂਦੇ ਨੇ ਵੰਡ ਨਹੀਂ ਸਹੀ ਲੱਗਦੀ, ਵੰਡ ਵੀ ਲਾਈਏ ਅਤੇ ਦੋ ਕਿਸਮਾਂ ਦੀ ਵੰਡ ਲਾ ਕੇ ਦੱਸਾਂਗੇ ਇਨਸ਼ਾਅੱਲਾ ਤੁਹਾਨੂੰ ਵੰਡ ਕੈਸੀ ਲੱਗੀ ਹੈ। ਵੰਡ ਸਾਡੇ ਕੋਲ 27 ਫੁੱਟ, 27 ਫੁੱਟ ਵੰਡ ਫਰੰਟ ਆ ਗਿਆ ਸਾਡੇ ਕੋਲ। ਅਤੇ ਅੱਲਾ ਖੈਰ ਕਰੇ, ਅਸਾਂ ਲੋਨ ਇੱਕ 'ਚ ਛੱਡਿਆ ਜੇ 15 ਫੁੱਟ ਸਾਹਮਣੇ ਲੋਨ ਛੱਡ ਕੇ ਸਾਡੇ ਕੋਲ ਗੇਟ ਆ ਗਿਆ, ਗੇਟ ਦਾ ਏਰੀਆ ਅਗਾਂ ਲੰਘ ਗਏ, ਲੋਨ ਲੰਘ ਕੇ ਅਗਲੇ ਪਾਸੇ ਕਾਰਪੋਰਟ 'ਚ 14x18 ਫੁੱਟ 9 ਇੰਚ ਦਾ ਕਾਰਪੋਰਟ ਜਿੱਤੇ ਹੋਇਆ। ਸੱਜੇ ਪਾਸੇ ਉਹ ਹੀ ਬੈਠਕ ਦਿੱਤੀ ਹੈ, ਬੈਠਕ ਦੇ ਨਾਲ ਹੀ ਅਟੈਚ ਬਾਥ ਏ 4x7 ਦਾ, ਉਹਦੇ ਨਾਲ ਪਿਛਲੇ ਪਾਸੇ ਓਪਨ ਦਿੱਤੇ ਆ। ਅਤੇ ਬੈਠਕ ਵਾਲਾ ਦਰਵਾਜ਼ਾ ਇੱਕ ਹੈ, ਅੰਦਰ ਬਾਹਰ ਲਾਏ ਆ ਲਾਬੀ ਦੇ ਵਿੱਚ। ਅਤੇ ਲਾਬੀ ਦੀ ਡਿਮੈਂਸ਼ਨ ਤੁਹਾਨੂੰ ਦੱਸ ਸਕਦੇ ਹਾਂ ਕਿੰਨੀ ਛੱਡਣੀ ਹੈ, 4 ਫੁੱਟ 9 ਇੰਚ ਠੀਕ ਹੋ ਗਿਆ। ਇਹ 4 ਫੁੱਟ ਦਾ ਗੇਟ ਲੱਗਿਆ ਜਿਹੜਾ ਹਾਲ ਨੂੰ ਲਾਬੀ ਦੇ ਵਿੱਚੋਂ ਜਾਂਦਾ ਪਿਆ। ਉਸੇ ਤਰ੍ਹਾਂ ਹੀ ਖੱਬੇ ਪਾਸੇ ਸਾਡਾ ਕਿਚਨ ਆ ਗਿਆ 8x12 ਦਾ, ਅੱਗੋਂ ਇਹ ਸੋਫੇ ਲੱਗੇ ਨੇ, ਤੁਹਾਨੂੰ ਪਤਾ ਲੱਗਦਾ ਪਿਆ ਹੋਣਾ ਹੈ ਕਿ ਟੀ ਵੀ ਲਾਉਣ ਹੈ। 13x16 ਦਾ ਟੀ ਵੀ ਲਾਉਣ ਦਿੱਤੇ ਗਏ, ਟੀ ਵੀ ਲਾਉਣ ਦੇ ਨਾਲ ਹੀ ਓਪਨ ਜਿਹੜੀ ਬਾਥਰੂਮ ਵੀ ਓਪਨ ਹੈ ਅਤੇ ਟੀ ਵੀ ਲਾਉਣ ਨੂੰ ਵੀ ਅਭਾਵ ਉੱਤੇ ਦਿੱਤੇ ਹੋਇਆ। ਅਤੇ ਨਾਲ ਹੀ ਖੱਬੇ ਪਾਸੇ ਕਿਚਨ ਦੇ ਪਿਛਲੇ ਪਾਸੇ ਸੀੜੀਆਂ ਚੜ੍ਹੀਆਂ ਨੇ, ਪਹਿਲਾਂ ਤੋਂ ਸਿੱਧੀਆਂ ਜਾਂਦੀਆਂ ਨੇ, ਅੱਗੇ ਗੁਲਾਈ 'ਚ ਜਾ ਕੇ ਖੂਬਸੂਰਤੀ ਵਾਸਤੇ ਚੜ੍ਹੀਆਂ ਨੇ, ਉੱਤੇ ਪਹੁੰਚ ਜਾਂਦੀਆਂ ਠੀਕ ਹੈ। ਪਿਛਲੇ ਪਾਸੇ ਨਾਲ ਹੀ 2 ਕਮਰੇ ਦਿੱਤੇ ਹੋਏ ਨੇ, ਸੱਜੇ ਪਾਸੇ ਕਮਰਾ 12x17.5 ਫੁੱਟ ਦਾ, ਜਿਹੜਾ ਖੱਬੇ ਪਾਸੇ 12x9 ਇੰਚ ਬਾਈ 12x4 ਇੰਚ ਦਾ। ਪਿਛਲੇ ਪਾਸੇ ਦੋਵਾਂ ਕਮਰਾਂ ਨੂੰ ਇੱਕ ਹੀ ਬਾਥ ਦਿੱਤੇ ਹੋਇਆ ਹੈ 8x5 ਦਾ, ਇੱਕ ਦਰਵਾਜ਼ਾ ਸੱਜੇ ਪਾਸੇ ਲੱਗਿਆ ਹੈ, ਇੱਕ ਦਰਵਾਜ਼ਾ ਖੱਬੇ ਪਾਸੇ ਲੱਗਿਆ, ਦੋਵਾਂ ਕਮਰਿਆਂ ਨੂੰ ਅਟੈਚ ਬਾਥ, ਨਾਲ ਹੀ ਪਿਛਲੇ ਪਾਸੇ ਵਾਹ ਵਾਹ 'ਤੇ ਓਪਨ ਦਿੱਤੇ ਹੋਇਆ। ਇੱਕ ਹੋ ਗਈ ਜੀ ਐ ਵੰਡ 27x70 ਫੁੱਟ, 70 ਫੁੱਟ ਸਾਡੇ ਕੋਲ ਆਮ ਹੈ, 27 ਫੁੱਟ ਜਿਹੜੀ ਗਲੀ ਨਾਲ ਲੱਗਦੀ ਹੈ ਫਰੰਟ। ਦੂਜਾ ਨਕਸ਼ਾ ਤੁਹਾਡੇ ਕੋਲ ਦੱਸਣੇ ਆ, ਇਹਦੀ ਸਾਡੇ ਕੋਲ ਸਾਹਮਣੇ ਲਾਉਣ ਅਸਾਂ ਛੱਡਿਆ ਜੇ, ਸਾਢੇ 9 ਫੁੱਟ ਇਹ ਗੇਟ ਆ ਗਿਆ, ਉਹਦੇ ਸਾਹਮਣੇ ਉਸੇ ਤਰ੍ਹਾਂ ਹੀ 11x9 ਇੰਚ ਬਾਈ 18x3 ਇੰਚ ਦਾ ਕਾਰਪੋਰਟ 'ਚ, ਸੱਜੇ ਪਾਸੇ ਨਾਲ ਹੀ ਬੈਠਕ ਦਿੱਤੀ ਹੋਈ ਹੈ, ਬੈਠਕ ਦੇ ਨਾਲ ਸਾਹਮਣੇ ਵਾਲੇ ਪਾਸੇ ਇਹਦਾ ਬਾਥ ਦਿੱਤਾ ਹੈ 5x4.5 ਦਾ ਬਾਥ ਹੈ। ਉਹਦਾ ਦੂਸਰੇ ਦਾ ਬਾਥ ਪਿੱਛੇ ਆਹ ਦਿੱਤਿਆ, ਇਹਦਾ ਬਾਥ ਅਸਾਂ ਬੈਠਕ ਦਾ ਸਾਹਮਣੇ ਫਰੰਟ 'ਤੇ ਦਿੱਤੇ ਆ। ਨਾਲ ਹੀ ਮੇਨ ਹਾਲ ਨੂੰ ਜਿਹੜਾ ਜਾਂਦਾ ਰਸਤਾ ਉਹ ਮੇਨ ਗੇਟ ਹੈ, ਸਟੇਅਰ ਕੇਸ ਨੂੰ ਜਿਹੜਾ ਲੱਗਦਾ, ਅੱਗੋਂ ਨਾਲ ਹੀ ਸੀੜੀਆਂ ਚੜ੍ਹਨੀਆਂ ਪਈਆਂ ਨੇ, ਸੀੜੀਆਂ ਦਾ ਅਸਾਂ ਸੈਪਰੇਟ ਕੀਤੇ ਆ, ਸਟੇਅਰ ਜਿਹੜਾ ਕੇਸ ਵੱਖਰਾ ਬਣਾ ਦਿੱਤੇ ਆ। ਉਸ ਤੋਂ ਇਲਾਵਾ ਸੱਜੇ ਪਾਸੇ ਕਿਚਨ ਦਿੱਤਿਆ ਹੋਇਆ, ਕਿਚਨ 8x8.5x10x4 ਇੰਚ, ਸਟੇਅਰ ਕੇਸ ਦੀ ਜਿਹੜੀ ਡਿਮੈਂਸ਼ਨ ਹੈ 16x8.5x10x4 ਇੰਚ ਵੀ ਦਿੱਤੀ ਹੋਈ। ਕਿਚਨ ਦੇ ਨਾਲ ਪਿਛਲੇ ਪਾਸੇ ਓਪਨ ਹੈ, ਜਿਹੜਾ ਟੀ ਵੀ ਲਾਉਣ ਨੂੰ ਵੀ ਆਵਾਜ਼ ਦਿੰਦਾ ਪਿਆ, ਬਾਥਰੂਮ ਵੀ ਦਿੰਦਾ ਪਿਆ, ਕਿਚਨ ਵੀ ਦਿੰਦਾ ਪਿਆ। ਅਤੇ ਟੀ ਵੀ ਲਾਉਣ ਨਾਲ ਪਿਛਲੇ ਪਾਸੇ ਆ ਗਿਆ ਸੋਫੇ ਲੱਗੇ ਨੂੰ, ਤੁਹਾਨੂੰ ਪਤਾ ਲੱਗਦਾ ਪਿਆ ਹੋਣਾ ਹੈ 18x9 ਇੰਚ 14x ਟੀ ਵੀ ਲਾਉਣ ਦਿੱਤੇ ਹੋਇਆ, ਬੜੀ ਖੁੱਲ੍ਹੀ ਸੈਟਿੰਗ। ਨਾਲ ਹੀ ਅਲੱਗ ਕੀਤਾ ਅਤੇ ਪਿਛਲੇ ਪਾਸੇ 2 ਉਸੇ ਤਰ੍ਹਾਂ ਹੀ ਕਮਰੇ ਦਿੱਤੇ ਹੋਏ ਨੇ, ਇੱਕ 12x9 ਇੰਚ ਬਾਈ 12 ਫੁੱਟ ਹੈ, ਦੂਸਰਾ 12